ਬੱਚੇ ਵੀ ਨਾਲ ਆ ਕੇ ਬਹਿ ਗਏ ਨੇ ਜਿਵੇਂ ਇਹਨਾਂ ਦੀ ਸ਼ਾਪਿੰਗ ਹੈ ਹਾਲਾਂਕਿ ਇਹਨਾਂ ਦੇ ਵਿੱਚ ਕੁਛ ਵੀ ਕੋਈ ਨਹੀਂ ਹੈ ਇਹਨਾਂ ਵਾਸਤੇ ਸੂਟ ਬਾਅਦ 'ਚ ਲੈ ਆਵਾਂਗੇ ਓਕੇ ਹੋ ਗਏ ਸਾਰੇ ਓਕੇ ਹੋ ਗਏ ਹਾਂਜੀ ਇੰਨੇ ਸਾਰੇ ਗੁਲਾਬ ਹੋਏ ਨੇ ਮਾਸ਼ਾਅੱਲਾ ਬਿਸਮਿਲ੍ਲਾਹਿਰ-ਰਹਿਮਾਨ-ਰਹੀਮ ਅਸਲਾਮੁ ਅਲੈਕੁਮ ਗੁੱਡ ਮਾਰਨਿੰਗ ਔਰ ਸਭ ਤੋਂ ਪਹਿਲੇ ਸਾਰੇ ਭੈਣ ਭਾਈਆਂ ਨੂੰ ਜੁਮਾ ਤੁਲ ਮੁਬਾਰਕ ਔਰ ਮਾਸ਼ਾਅੱਲਾ ਅੱਜ ਨਾ ਮੌਸਮ ਬੜਾ ਜ਼ਬਰਦਸਤ ਬਣਿਆ ਹੋਇਆ ਕੀ ਬਾਤ ਹੈ ਔਰ ਕਣਕਾਂ ਜਿਹੜੀਆਂ ਨਾ ਗੰਦਮ ਬਿਲਕੁਲ ਪੱਕੀ ਪਈ ਆ ਤੁਸੀਂ ਦੇਖ ਸਕਦੇ ਹੋ ਦੋ ਚਾਰ ਦਿਨਾਂ ਤੱਕ ਅਗਰ ਸੂਰਜ ਨਿਕਲਿਆ ਰਹਿਣਾ ਤੇ ਹੱਥ ਲੱਗ ਜਾਣਗੇ ਕਣਕਾਂ ਨੂੰ ਯਾਨੀ ਵਟੇਣੀਆਂ ਸ਼ੁਰੂ ਹੋ ਜਾਣਗੀਆਂ ਜੁਮੇ ਵਾਲੇ ਦਿਨ ਜਿਹੜਾ ਹੈਗਾ ਨਾ ਜ਼ਿਆਦਾਤਰ ਵਲਾਗ ਜਿਹੜਾ ਮੈਂ ਜੁਮੇ ਦੇ ਟਾਈਮ ਹੀ ਜਿਹੜਾ ਹੈਗਾ ਨਾ ਬਣਾਉਣਾ ਸ਼ੁਰੂ ਕਰਦਾ ਸਭ ਤੋਂ ਪਹਿਲੇ ਚੱਲਦੇ ਹਾਂ ਜੀ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ ਮੇਰੇ ਖਿਆਲ ਸਕੂਲ ਵੈਨ ਆ ਗਈ ਹੋਣੀ ਕਿਉਂਕਿ ਜੁਮਾ ਹੈਗਾ ਔਰ ਮੈਂ ਨਾ ਬਾਜਰਾ ਪਾਉਣ ਲੱਗਿਆ ਸੀ ਇਹਨੂੰ ਬਾਜਰਾ ਵੀ ਪਾ ਦਿੰਦੇ ਹਾਂ ਪਰਿੰਦਿਆਂ ਨੂੰ ਉਹ ਇੱਥੋਂ ਫੱਟੀ ਪਈ ਹੈ ਥੱਲੇ ਵਿਚਲਿਆਂ ਤੋਤਿਆਂ ਕੋਲ ਬਾਜਰਾ ਮੈਂ ਵੇਖਿਆ ਬਾਜਰਾ ਕੋਈ ਨਹੀਂ ਪਿਆ ਸੀ ਮੈਂ ਚਲੋ ਪਾ ਦਿੰਦੇ ਹਾਂ ਇਹਨਾਂ ਬੱਚਿਆਂ ਨੂੰ ਸਕੂਲ 'ਚੋਂ ਲੈ ਕੇ ਆ ਗਿਆ ਔਰ ਅਬਦੁਲ ਹਾਦੀ ਸਾਹਿਬ ਜਿਹੜਾ ਹੈ ਨਾ ਬਾਜੀ ਨੇ ਚੱਕਿਆ ਹੋਇਆ ਹੈ ਔਰ ਰਮਾਨ ਸਾਹਿਬ ਜਿਹੜਾ ਨਾ ਮੁਰਗਿਆਂ ਦਾਣੇ ਵਗੈਰਾ ਪਾ ਰਿਹਾ ਵਰਦੀ ਵਗੈਰਾ ਚੇਂਜ ਕਰ ਲਓ ਚਲਦੇ ਹਾਂ ਜੀ 10 ਮਿੰਟ ਜੁਮੇ 'ਚ ਰਹਿੰਦੇ ਨੇ ਔਰ ਵਾਪਸੀ 'ਤੇ ਆ ਕੇ ਨਾ ਅੱਜ ਈਦ ਦੀ ਜਿਹੜੀ ਹੈ ਨਾ ਐਡਵਾਂਸ ਸ਼ਾਪਿੰਗ ਕਰਨੀ ਔਰ ਉਹ ਵੀ ਕਾਫੀ ਸਾਰੀ ਇਹ ਵਾਲੀ ਜੀ ਸਾਡੇ ਪਿੰਡ ਦੀ ਮਸਜਿਦ ਹੈਗੀ ਔਰ ਹਾਲੇ ਤੱਕ ਨਾ ਮਾਸ਼ਾਅੱਲਾ ਜ਼ੇਰੇ ਤਮੀਰ ਹੈ ਬਹੁਤ ਅੰਦਰ ਵਾਲੀ ਸਾਈਡ ਤੋਂ ਨਾ ਖੂਬਸੂਰਤ ਹੈਗੀ ਬੱਚੇ ਜੀ ਖੇਡ ਰਹੇ ਨੇ ਗਾਰਡਨ ਦੇ ਵਿੱਚ ਕੱਚੀ ਕਿਵੇਂ ਪਾਈ ਹੋਈ ਉਹ ਬੈਠਾ ਬੇਚਾਰੇ ਦੀ ਕੱਚੀ ਛੋਟੀ ਆ ਤੇ ਮੈਂ ਚੱਲਣਾ ਚੱਲ ਕੇ ਲੈ ਆਉਣਾ ਫਿਰ ਕੱਪੜੇ ਵਗੈਰਾ ਵਾਹ ਵਾਹ ਸਾਰੇ ਅੱਜ ਇਹ ਛਿਪਰਾ ਕਿੱਥੋਂ ਕੱਢਿਆ ਸੋਨੇ ਜੇ ਕਲਰ ਦਾ ਇੱਕ ਵਾਰੀ ਇਹ ਟਰੰਗ ਵਿੱਚ ਪਿਆ ਅੱਛਾ ਇਹਦੇ ਨਾਲ ਦਾ ਸੂਟ ਕਿੱਥੇ ਗਿਆ ਇਹਦੇ ਸੂਟ ਦਾ ਸਮਝਾਓ ਜਿਹੜੀ ਰਾਤ ਮੈਂ ਸਿਵਾਈ ਆਈ ਹਾਂ ਲਾਹੌਰ ਦੀ ਪਾਰਟੀ ਤੇ ਹਾਂ ਹਾਂ ਉਹਦੇ ਨਾਲ ਦਾ ਛਿਪਰਾ ਅੱਛਾ ਉਹਦੇ ਨਾਲ ਦਾ ਛਿਪਰਾ ਉਹ ਫਿਰਾਕ ਤੇ ਹਲੇ ਪੱਟਿਆ ਹਾਂ ਫਿਰਾਕ ਪਈ ਹਲੇ ਮੇਰੇ ਨਾਲ ਹਾਂ ਪਈ ਚਲੋ ਫਿਰ ਇਹਦਾ ਮਤਲਬ ਤੇਰੇ ਇਹ ਤੇ ਸੂ ਕੱਪੜੇ ਲੈਣ ਦੀ ਕੋਈ ਜ਼ਰੂਰਤ ਨਹੀਂ ਕਿਉਂ ਮੈਂ ਲੈਣੇ ਨੇ ਕੱਪੜੇ ਇਹ ਫਿਰਾਕ 'ਚ ਪਈ ਹੋਈ ਆ ਬਾਕੀ ਜੀ ਬੱਚੇ ਜਿਹੜਾ ਹੈਗਾ ਨਾ ਅੱਜ ਕਾਫੀ ਦਿਨਾਂ ਬਾਅਦ ਇੱਥੇ ਖੇਡ ਰਹੇ ਨੇ ਅੱਗੇ ਵੇਖਦੇ ਸੀ ਟੀਵੀ ਵਗੈਰਾ ਔਰ ਅੱਜ ਮੈਂ ਇਹਨਾਂ ਨੂੰ ਕਿਹਾ ਟੀਵੀ ਤੇ ਬਿਲਕੁਲ ਨਹੀਂ ਬੈਠਣਾ ਤੁਹਾਡੇ ਕੋਲ ਖਿਡੌਣੇ ਵਗੈਰਾ ਨੇ ਇੱਥੇ ਬਹਿ ਕੇ ਆਰਾਮ ਸਕੂਨ ਨਾਲ ਖੇਡੋ ਕਿਉਂਕਿ ਇੱਕ ਤਾਂ ਬੱਚੇ ਹੈਲਦੀ ਵੈਸੇ ਖੇਡਣ ਨਾਲ ਤਾਂ ਹੈਲਦੀ ਰਹਿੰਦੇ ਨੇ ਕਿਉਂਕਿ ਸਕਰੀਨ ਅੱਗੇ ਬਹਿ ਬਹਿ ਕੇ ਇੱਕ ਤੇ ਅੱਖਾਂ ਖਰਾਬ ਇੱਕ ਪੜ੍ਹਦੇ ਵੀ ਨੇ ਇਸ ਕਰਕੇ ਅੱਜ ਇਹਨਾਂ ਨੇ ਇੱਥੇ ਜਿਹੜਾ ਨਾ ਸ਼ਿਫਟ ਕਰ ਦਿੱਤਾ ਸਹੀ ਹੈ ਠੀਕ ਹੈ ਇਹਨਾਂ ਵਿਚਾਰਿਆਂ ਨੂੰ ਨਾ ਧੁੱਪ ਲੱਗ ਰਹੀ ਸੀ ਆਰਜ਼ੀ ਤੌਰ ਤੇ ਜਿਹੜਾ ਨਾ ਇੱਕ ਵਾਰੀ ਪਰਦਾ ਵਗੈਰਾ ਲਾਤਾ ਚਮਚ ਵਗੈਰਾ ਲਾ ਕੇ ਲੇਕਿਨ ਨਾ ਵਾਸਤੇ ਨਾ ਸਪੈਸ਼ਲ ਨਾ ਕੋਈ ਤਰਪਾਲ ਵਗੈਰਾ ਦੇ ਜਿਹੜਾ ਬੰਦੋਬਸਤ ਕਰਨਾ ਇਨਸ਼ਾਅੱਲਾ ਥੋੜ੍ਹਾ ਜਿਹਾ ਨਾ ਸੈਟਅਪ ਸੂਟਅਪ ਨਾ ਕੰਪਲੀਟ ਹੋ ਜਾਂਦਾ ਨਾ ਅਤੇ ਉਹਦਾ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੈ ਮੈਨੂੰ ਉਸ ਘਰ ਦੀ ਉਹ ਇੱਕ ਵਾਰ ਕੰਪਲੀਟ ਹੋ ਜਾਂਦਾ ਨਾ ਮਿਸਤਰੀ ਚਲਾ ਜਾਵੇਗਾ ਫਿਰ ਟੈਨਸ਼ਨ ਕੋਈ ਨਹੀਂ ਹੈ ਫਿਰ ਆਰਾਮ ਸਕੂਨ ਨਾਲ ਸ਼ਹਿਰ ਜਾ ਕੇ ਇਹਦਾ ਜਾਂ ਤਰਪਾਲ ਵਗੈਰਾ ਦਾ ਬੰਦੋਬਸਤ ਕਰਾਂਗੇ ਔਰ ਇਸ ਤੋਂ ਇਲਾਵਾ ਇਸ ਕਿਚਨ ਦੇ ਪਰਦੇ ਵਗੈਰਾ ਵੀ ਉਸ ਸਾਈਡ ਤੋਂ ਵੀ ਇਸ ਸਾਈਡ ਤੋਂ ਸਾਰੇ ਪਰਦੇ ਜਿਹੜੇ ਹੈਗੇ ਨੇ ਲੈ ਕੇ ਆਉਣੇ ਤਾਂ ਕਿ ਬਾਰਿਸ਼ ਵਗੈਰਾ ਹੋਵੇ ਇਹਨਾਂ ਤਾਂ ਪਰੇਸ਼ਾਨੀ ਨਾ ਬਣੇ ਇੱਦੂ ਪਰਦਾ ਸੇੜਤਾ ਇੱਦੂ ਔਰ ਅੱਗੇ ਸਰਦੀਆਂ ਨੂੰ ਵੀ ਉਹ ਪਰਦੇ ਕੰਮ ਦੇਵਣਗੇ ਹਾਂਜੀ ਔਰ ਜੀ ਬੇਗਮ ਸਾਹਿਬਾਂ ਥਾਲ ਲੈ ਕੇ ਆਈਏ ਕਹਿ ਰਹੀ ਹੈ ਗੁਲਾਬ ਦੀ ਜਿਹੜੀ ਹੈ ਨਾ ਰੈਸਪੀ ਵਗੈਰਾ ਬਣਾ ਲੈਣੇ ਕਾਫੀ ਸਾਰੇ ਗੁਲਾਬ ਨਾ ਖਰਾਬ ਹੋ ਰਹੇ ਨੇ ਔਰ ਮੇਰੀ ਵੀ ਦਿਲ ਹੈਗੀ ਸੀ ਇੱਕ ਅਸੀਂ ਰੈਸਪੀ ਦੇਖੀ ਹੈ ਗੁਲਾਬ ਜੈਮ ਦਾ ਬੱਚੇ ਸਵੇਰ ਸਵੇਰ ਜਾਂਦੇ ਨੇ ਔਰ ਵੈਸੇ ਵੀ ਇਹ ਖੁਸ਼ਬੂਦਾਰ ਵੀ ਹੁੰਦਾ ਠੰਡਾ ਵੀ ਹੁੰਦਾ ਮਿਕਸ ਕਰਕੇ ਨਾ ਬੱਚਿਆਂ ਨੂੰ ਜਿਹੜਾ ਲਾ ਕੇ ਦਿੱਤਾ ਕਰੀ ਸਹੀ ਹੈ ਨਾ ਹਾਂਜੀ ਔਰ ਸਾਰੇ ਗੁਲਾਬ ਜਿਹੜਾ ਅਸੀਂ ਤੋੜਨੇ ਆ ਔਰ ਰੈਸਪੀ ਹਾਂ ਕੋਈ ਨਹੀਂ ਫਿਰ ਕੀ ਆ ਕਿਉਂਕਿ ਖਰਾਬ ਤਾਂ ਹੋ ਹੀ ਜਾਣੇ ਨੇ ਉਹਦੇ ਨਾਲ ਬਿਹਤਰ ਹੈ ਆਪਾਂ ਇਹਨਾਂ ਨੂੰ ਕਿਸੇ ਕੰਮ ਹੀ ਲਾ ਲਈਏ ਥੱਲੇ ਡਿੱਗ ਜਾਂਦੇ ਨੇ ਇੱਕ ਵਾਰੀ ਸਾਰੇ ਤੋੜ ਕੇ ਇਹਨਾਂ ਦਾ ਫਿਰ ਇਹਨਾਂ ਨੂੰ ਧੋਵਾਂਗੇ ਧੋ ਕੇ ਇਹ ਕੱਚਾ ਹੈਗਾ ਰਹਿਣ ਦੀ ਇੱਕ ਵਾਰੀ ਇਹ ਛੋਟੇ ਛੋਟੇ ਨੇ ਅਸਲ ਗੁਲਾਬ ਉਹ ਖੜੇ ਨਹੀਂ ਉਹ ਸਾਈਡ ਵਾਲੇ ਜਿਹੜੇ ਗੁਲਾਬ ਨੇ ਨਾ ਉਹ ਕਾਫੀ ਵੱਡੇ ਨੇ ਹਾਂ ਤੋੜ ਲੈ ਜੀ ਔਰ ਸਿਰਫ ਦੇਸੀ ਗੁਲਾਬ ਤੋੜਾਂਗੇ ਜਿਹਨਾਂ ਦੀ ਖੁਸ਼ਬੂ ਵਗੈਰਾ ਹੁੰਦੀ ਆ ਕਿਉਂਕਿ ਬਾਕੀ ਜਿਹੜੇ ਹੈਗੇ ਨਾ ਇਹ ਵਾਲੇ ਗੁਲਾਬ ਨਾ ਖੂਬਸੂਰਤ ਇਹ ਬਹੁਤ ਨੇ ਲੇਕਿਨ ਇਹਨਾਂ ਦੀ ਇਹਦਾ ਕੋਈ ਫਾਇਦਾ ਕੋਈ ਨਾ ਇਹਨਾਂ ਦੀ ਖੁਸ਼ਬੂ ਹੈ ਇਹਨਾਂ ਦਾ ਕੋਈ ਫਾਇਦਾ ਨਹੀਂ ਔਰ ਮਾਸ਼ਾਅੱਲਾ ਜੀ ਸਾਡੇ ਸੂਰਜਮੁਖੀ ਦੇ ਪੌਦੇ ਕਿੰਨੇ ਪਿਆਰੇ ਲੱਗ ਰਹੇ ਨੇ ਚੱਲ ਆ ਜਾਓ ਉਹਨੇ ਤੋੜੀਏ ਔਰ ਇਹ ਵਾਲੇ ਪੀਲੇ ਕਲਰ ਦੇ ਇਹ ਵੀ ਅਸੀਂ ਨਹੀਂ ਤੋੜਨੇ ਇਹ ਵਾਲੇ ਜਿਹੜੇ ਹੈਗੇ ਨੇ ਇਹ ਵੀ ਨਹੀਂ ਤੋੜਨੇ ਔਰ ਮਾਸ਼ਾਅੱਲਾ ਲੱਗੇ ਹੋਏ ਕਿੰਨੇ ਗੁੱਛਿਆਂ ਨਾਲ ਲੱਗ ਗਏ ਨੇ ਕਾਫੀ ਜ਼ਿਆਦਾ ਹਾਂਜੀ ਇਹ ਦੇਖ ਔਰ ਥੱਲੇ ਦੇਖੋ ਕਿੰਨੇ ਗਿਰੇ ਹੋਏ ਨੇ ਬਹੁਤ ਹੀ ਜ਼ਿਆਦਾ ਟਹਿਣੀਆਂ ਵੀ ਨਾਲ ਤੋੜੀ ਜਾਓ ਨਾ ਤਾਂ ਕਿ ਫਿਰ ਖਾਲੀ ਹੋ ਜਾਣ ਇੱਥੋਂ ਕਰਕੇ ਨਾ ਇੰਝ ਕਰਕੇ ਤੋੜਨਾ ਠੀਕ ਹੈ ਨਾ ਗੁਲਾਬ ਕੀ ਖੇਤੀ ਕੀ ਤੋੜੀ ਕੀ ਸੱਦੇ ਗੁਲਾਬ ਕੀ ਖੇਤੀ ਕੀ ਹੈ ਹਮਨੇ ਔਰ ਇਸੇ ਅਬ ਤੋੜ ਰਹੇ ਹਾਂ ਜੀ ਪੜਾ
हाँ जी इन्ने सारे गुलाब हो चुके माशाल्लाह। और जी लैबा इधर अपने काम दे विच मसरूफ है। और जी ए वाले जेड़े वाइट कलर दे गुलाब हैगे ना ए जेड़े गुलदस्तियां दे हिसाब नाल लगे होने आ देख सकदे हो माशाल्लाह पांच पांच छे छे लगे हुण कट्ठे ए भी नहीं तोड़ने इन्हां विच खुशबू वगैरह बिल्कुल कोई नहीं है। ओके हो गए सारे ओके हो गए हां जी इन्ने सारे गुलाब होए ने माशाल्लाह की तोड़ लगे उस साइड ते बच्चे तोड़ू सी बस ए तोड़ने ने ए नहीं तोड़ने ए वाले जेड़े हैगे ना ए फैंसी ने वैसे खूबसूरती वास्ते होंदे ने ए वाले अच्छा काफी सारे लगे हुए ने माशाल्लाह वैसे ना खूबसूरती वास्ते इन्हां दी जैम वगैरह नहीं बनदी। अच्छा मैं सोच रही हूं गजरे ना बना लेवे जैम ना फुल्लां दे गजरे जैम वाले जैम नहीं बनाना गजरे बनाने बना नहीं नहीं बनाने आप जैम ही बनाने ले चलो तुसी इन्हां आ जाओ सब तो पहले इन्हां दी जिहड़ियां पत्तियां हैगियां ना ओह असीं करांगे जी अलग सारियां पत्तियां अलग करके फिर इन्हां नूं जिहड़ा हैगा ना लवांगे धो के साफ सुथरा करके फिर इन्हां नूं जिवें चटनी कुट्टी दी आ उस तरह कुट के बरीक करके फिर जिन्ना इन्हां दा वजन होया उन्ना ही नाल पावांगे जी चीनी चीनी मिक्स विच करके अगे तुहानूं पता लगदा जाएगा किस तरह जिहड़ा हैगा बनाउणा पत्तियां सारियां कर लिया सी और हुण जिहड़ा ना पा रहे जिस कढ़ाई दे विच ऐ देख सकदे हो माशाल्लाह कढ़ाई च पा के इन जिहड़ा अच्छी तरीके धोवांगे पहले ये तकरीबन मेरे ख्याल दे च पाई आ कितां होणियां ने अंदाजन लो जी बाकी थले कचरा हैगा सेट दे बाद ठीक है इन जिहड़ा ना धो लैने आ पहले दो के बिल्कुल साफ सुथरी कर लिया तुसी देख सकते हो माशाल्लाह और हुण इहदा प्रोसैस है जी इनू छां दे उत्ते खुश करनियां ताकि खुश्क भी ना होण ज़्यादा छां दे उपर इनू बिल्कुल खुश करके तो फिर जिहड़ा इहदा बाकी इहदा प्रोसैस होना है बाकी का काम बेगम साहिबा करेगी। मैं चलिया जी शहर क्योंकि जुमे वाले दिन जो दुकाना थोड़ी जल्दी बंद हो जाएं ने और माड़ी मोटी जो शॉपिंग वगैरह जी करनी है और अब्दुल हादी साहब जो रो रहे हैं इधर कल्ले आ गए सी अब्दुल हादी क्यूट बच्चा अलहमदुल्ला जी शॉपिंग वगैरह करके मैं आ चुका और काफ़ी लेट हो गया मैं तो गया सी तकरीबन 3:30 बजे और हुण मेरे ख्याल 5 to 5:30 बल्कि उपर जिहड़ा ना टाइम हो गया और इस दे अंदर बेगम साहबा अगर तैनू कोई सूट पसंद आ जाए रख लवी ठीक है एक अद्धा तैनू होर लैके दे देवांगा ये तकरीबन 9 सूट जिहड़े हैगे ना सवाणियां वाले ने ते 5 सूट जिहड़े हैगे ना बंदियां वाले ने और ये वाली जिहड़ी शॉपिंग की है ना ये की है जी रिश्तेदारां वास्ते देवण वास्ते कोई इंदे अम्मी अबू कोई मेरे कोई सिस्टरां दियां कोई मेरियां मसां सारा ना जिन्हें कपड़े के बरादरी देने ने हाले 6 सूट जिहड़े हैगे ना मैं पैसे दे आया 6 सूट जिहड़े अपने हुण मिल 9 हुण दित्ते नूं उन्हां ने 15 आए सी ते 5 दूसरे टोटल सूट 20 ठीक है ना ए फड़ो जी हुण तुहानूं अनबॉक्सिंग करके विखाने कि किस किस तरह दे लै और जी अल्लाह पाक दा लखां ते करोड़ां वाले शुक्र है माहे रमज़ान दा महीना है हुण झूठ वगैरह तो बोल नहीं सकते अलहमदुल्ला ये समझ लो कि यूट्यूब की कमाई नहीं लैके आते हैं हुण असीं ये तो नहीं कह सकते कि है सूट मसलन वेचण कण जिहड़ा मुर्गा वेच के जिहड़ा कपड़े वगैरह लैके आने या मुर्गा वेचने पैसे खत्म हो गए ने तो यह जरा वेच के तो लैके आने सिस्टर जी देनी अलहमदुल्ला इतनी अच्छी खासी गुंजाइश है कि मस अपने भी सूट वगैरह लै सकना खुली ईद भी साड़ी हो जाएगी और रिश्तेदारों भी अलहमदुल्ला अभी दे सकते हैं बच्चे भी नाल आ के बह गए हैं जिम्मे इन्हों की शॉपिंग है हालांकि इन्हों कुछ भी कोई नहीं है इन्हों वास्ते सूट बाद लै आवेंगे बस बाहर क्ढी आ बहरों बहरों भी खावन जोगे होवे कोई एक अद्धा खोल के अगर जो भी तेनों पसंद आया वो खोल के दिखा देवे क्योंकि मेरे जरा एक दो पसंद आए ना सूट एक तो यह आला ए मैं पसंद किया सूट माशाल्लाह बड़ा प्यारा है तुसी देख सकते हो असं रिश्तेदारों वास्ते लैन देने तो अच्छी क्वालिटी के लैन देने बेहतरीन जिहड़ा ना लैके आते हैं अल्लाह पाक ने गुंजाइश दी है तो फिर बंदे नूं खाना हंडाना चाहिए कोई टेंशन नहीं है। हाँ चलो बाहर कढ लो और अनबॉक्सिंग जी हो रही हाले इस 3 सूट है 6 उस ने है सारे ही लाउन ही लैके आते हैं गर्मिया के सही ना ए बड़ा मिली डिजाइन जबरदस्त बाकी मैं
चुगे शुगे कोई नहीं, बस लैन देने सारे जिम्मे पैसे नहीं होंगे को सारे रंग लैन दे। मैं आपे वंड वुंड ला के अगे पिछे सारे आपो आप जेड़े हर सारे अलग अलग एक दो कलर एक जे ने ए गुलाबी सेम ही ने। चलो आप घड़े एक जगह रखना है। देखो ए भी माशाला बड़ा प्यारा सूट तक नज़र आ रहे हैं, बड़ा जबरदस्त है, गोल्ड है और कढ़ाई वाला पक्की खोल के देख ला, बड़े सोहने सूट है सारे। मैं देखो काफ़ी हाँ कमीज है, काफ़ी प्यारा सूट है भी है। देखो माशाल्लाह जबरदस्त है, बड़ा बेहतरीन सूट है, दुपट्टा है ऊपर, दुपट्टा भी बड़ा खूबसूरत है। देखो ना माशाल्लाह, पता नहीं ये हुण कहिंदी किस्मत च सानू कोई सुर पता नहीं है कि ये हुण बेगम साहबां दी सिस्टरां ले जांदा है, मेरी सिस्टरां ले जांदा है। हाँ जी देखने की बनता है। ये नौ आए ने ते बाकी छे सूट दे मैं पैसे भी दे आया, नौ ते पंद्रह ठीक है ना। उन दे विचू तीन सूट तेरे ने ठीक है, तीन सूट विच तू रखने ने, तो बाकी बारह जेडे सूट है वो आप देने। बारह ही तू गिनती किए ना, बेगम साहब पूछे ना भी कितने दिन सर गिनती करके बारह कहे से, तो ये फिर जेड़ा कहना लैन देने कि हाँ ए आला सूट है, मेरे पसंद है। मैं कहा बेगम साहब क्योंकि ना इस कलर का एक भी बेगम साहब ने अज तक कोई नहीं पाया बिल्कुल ही, तो मेरे पसंद आया से। मैं ए आला सूट ना बेगम साहब कहे कि रख, ए दुपट्टा ही बड़ा खूबसूरत है कि नहीं, मैं तो खोल के देखा सी बड़ा ही प्यारा है। ए उत्ते गोल्ड कलर का जेड़ा इन्हां दा काम होया होया, देखो ना वेखण वाले पैना भाई कहिंदे होणगे नवाज भाई ना सवाणियां तरां अनबॉक्सिंग करके दिखा रहे काम होया प्यारा ते ओरां पर। ए देखो है कि नहीं बड़ा सोहना हैगा सी, मैं तां कहिया सी मैं कहना ए बेगम साहिबां कहांगे सवाल है तेरी पसंद है मैं सिवाई इंदियां बाहां भी डिजाइन वालियां सोहणियां ने, और तू समाणा किसे अच्छी जी दर्जन दुर्दन को ठीक है ना, फिर काम बनेगा। हां बाजू बने हुए ने बेगम साहिबां सारे ही आन, इन्दे नाल दा मैंने एक और भी है, दो ने आए हाँ आए, ये अलग अलग ही रखी एक है ते एक है, ये आपा खोल दे ही नहीं हाँ। आई साइड रखा कोई है डिजाइन हाँ, हाँ एक सेम ही डिजाइन है गाइस, सेम डिजाइन देखो इस तरह सीप के कुछ लगेगा जबरदस्त। इन सलवार भी बड़ी थोड़ी जी डिफरेंट है, हां जी हां जी कलर दी वाइट थी किथे सती दिखाई नहीं, हां दिखाई है इस तरह की तो है, पैसे उसे तले चलते। ए देखो ना इनकी सलवार ही थोड़ी जी डिफरेंट है सी, बड़ी जबरदस्त लग रही है ठीक है, गुड हो गया। एक रख लवे मेरे दिल करदे पे मैं सारे कपड़े एक बार चेक कर लवे, अनबॉक्सिंग सारे करने सारे कर लवे क्योंकि ना कपड़ियां नु हुंदी है, बाकी तो ठीक है के तक ये नहीं वेखी, बाकी ठीक है इनां नु रला मिला ना देवी ओना वे एक परचून बनाई खड़ी होवे, मैं कुछ दी पे सारे खोल के तो कोई नहीं वेखी, नहीं मैं नहीं वेखता मैं तो बस एवे ही ले लेते ना, हुंदी गारी एक खराब हो जांदी हां खराब हुंदे ने ओ, तां दी जंदे ने डिजाइन हैगा बड़ा प्यारा है डिजाइन पै ने ए पै ने और भी चकना सारे बाल काट किथे ने मैं देखो हाले मेरे छापर च पए ने, नहीं छापर च मैं सारे काट ले सारे काट लेने ते नौ सूट ने लगदे थोड़े थोड़े जे पए ने 2 3 4 सारे इत्थे इत्थे विच और ते नहीं साबित पया इधर ही किते कोई नहीं पता ही ये अनबॉक्सिंग कितने किते ने मैं 3 किते तीन किते ने हां जी 3 किते ते आ 6 ने हां 6 ही पए ने बस ठीक है पूरे ने पूरे ने ठीक है मैं तो खैर गुम ना हो गया होवे किधर सूट को ज्यादा सबज हैगा सबज साडे को पहले ही सबजा ही सबजा गार्डन दे विच और जी बिल्कुल सूरज लथिया खड़ा अज अफतारी जड़ी है ना मेरी हैगी जी एक दोस्त थले अफतारी जाके मैं उत्थे करनी आ बेगम साहब ने को माड़ा मोटा इंतजाम किया है लेकिन अफतारी मेरी बारो बार है आज तेरे मामू ले चावल आए ने समझो ना देगा की थी ना अफतारी वास्ते सही 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 वो भी दीजिए वाले चलो वो भी चेक कर लवांगा लेकिन जल्दी जल्दी कर टाइम होया खड़ा मैं भी निकला मैं फिर है ए हैगा जी दुपट्टा इंदा दुपट्टा वैसे सोहना है सूट नालों ना दुपट्टा ज्यादा खूबसूरत है बहुत ज्यादा बड़ा ही जबरदस्त इंदा और रेड दुपट्टा बड़ा सोहना है सूट तो मेरे ना मैं शायद ही हो जे ना लाइक आवां जे तू लाइक आन दे कपड़े ये उत्ते की बने आज जीर जे बने हैं सारे बेहतरीन है चेक कर लो जी खराब होए तो आप वापस ही कर लवेंगे क्योंकि तेरा ठेका मारिया है कि सूट जेडे ना तेरे को असी लै करांगे तो सानू सही रेट लाने ने फिर उन्हें रेट भी माशाल्लाह ठीक ही लाया
ਤੇ ਸਾਲ ਬਾਅਦ ਹੀ ਅਸੀਂ ਤਕਰੀਬਨ ਲੈਂਦੇ ਹੁੰਦੇ ਆ ਸੂਟ। ਪਿਛਲੀ ਈਦ ਤੇ ਲਿਆ ਸੀ ਅਸੀਂ ਤਕਰੀਬਨ ਮੇਰੇ ਖਿਆਲ ਵਿੱਚ 15-16 ਹੀ ਲਿਆ ਸੀ। ਹਾਂ ਪਿਛਲੀ ਈਦ ਤੇ 15-16 ਲਿਆ ਸੀ ਤੇ ਸੀਟ ਤੇ ਈਦ ਤੇ ਵੀ 15-16 ਹੀ, ਕਿਉਂਕਿ ਰਿਸ਼ਤੇਦਾਰ ਹਾਲੇ ਸਾਡੇ ਵਧੇ ਕੋਈ ਨਹੀਂ ਹੋਵੇ ਨੇ। ਬੱਚੇ ਮਾਸ਼ਾਅੱਲਾ ਸਾਡੇ ਵੱਧ ਗਏ ਨੇ, ਇੱਕ ਦਾ ਇਜ਼ਾਫਾ ਹੋ ਗਿਆ। ਅਬਦੁਲ ਹਾਦੀ ਸਾਹਿਬ ਆ ਗਏ ਨੇ। ਹਾਂਜੀ ਕਿਉਂ ਅਬਦੁਲ ਹਾਦੀ ਸਾਹਿਬ, ਤੇਰੇ ਕੱਪੜੇ ਅਸੀਂ ਕੋਈ ਨਹੀਂ ਲੈ ਕੇ ਆਉਣੇ, ਠੀਕ ਹੈ? ਓਏ ਪੁਰਾਣੇ ਪਾਵੇਂਗਾ ਕਿ ਨਵੇਂ ਲੈਣੇ ਨੇ ਪਾਪਾ ਨੂੰ? ਕਿਉਂ ਬਈ ਨਵੇਂ ਲੈਣੇ ਨੇ ਕਹੀਏ, ਠੀਕ ਹੈ ਪੁਰਾਣੇ? ਇਹਨੇ ਗਰਮੀਆਂ ਦੇ ਸੂਟ ਜਿਹੜੇ ਇੱਕ ਦੋ ਆ ਪਏ ਨੇ, ਉਹੀਓ ਕੰਮ ਦੇਵਣਗੇ ਇਨਸ਼ਾਅੱਲਾ। ਕਿਹੜਾ? ਨਹੀਂ ਨਹੀਂ ਕਢਾਈ ਵਾਲੇ ਨੇ ਸਾਰੇ ਸੂਟ। ਦੋ ਜੀ, ਇੱਕ ਇਹ ਸੂਟ ਹੈਗਾ, ਇਹ ਤੇਰੇ ਕੋਲ ਹੁਣ ਨਾ ਪੈਕ ਨਹੀਂ ਹੋਣੇ, ਬਸ ਕਰ ਬਸ ਕਰ ਦੇ। ਇੱਕ ਆ ਵੀ ਅਨਬੋਕਸਿੰਗ ਵਾਲੇ ਤਾਂ ਪਏ ਨੇ, ਲੇਕਿਨ ਰਹਿਣ ਦੇ ਤੂੰ, ਬਸ ਠੀਕ ਹੈ। ਉੱਪਰੋਂ ਹੀ ਵਿਖਾਤਾ ਮੈਂ ਇਸ ਤਰ੍ਹਾਂ ਦਾ ਸੂਟ ਹੈਗਾ, ਦੇਖੋ ਆਪਾਂ ਖੋਲਿਆ ਪੈਣੇ ਹੈ ਨਾ। ਮੈਂ ਤੈਨੂੰ ਕਿਹਾ ਹੈਗਾ ਮੈਂ ਸਿਲਾਈ ਕਰਾ ਲਾ, ਕਿਉਂਕਿ ਇਹਦੇ ਨਾਲ ਦੇ ਦੋ ਹੈਗੇ ਨੇ ਅਤੇ ਇਹ ਰੈੱਡ ਵੀ ਦੋ ਨੇ, ਸਹੀ ਹੈ ਨਾ, ਪਸੰਦ ਆਏ ਨੇ। ਅਤੇ ਬਾਕੀ ਇਹ ਜੀ ਮਰਦਾਨਾ ਜਿਹੜੇ ਹੈਗੇ ਸੀ ਨਾ, ਬਾਕੀ ਬੰਦਿਆਂ ਦੀ ਇੱਥੇ ਕਿੱਥੇ ਕੀ ਸੱਦੇ ਨੇ, ਹੈ ਸਵਾਣੀਆਂ ਰੰਗ ਬਰੰਗੀਆਂ ਕਢਾਈਆਂ ਵਾਲੇ ਪਹਿਨਦੀਆਂ ਨੇ ਸੂਟ, ਬੰਦਿਆਂ ਦੇ ਬਸ ਕੋ ਰੱਤੇ ਅਤੇ ਖੱਟੇ ਬਸ ਇੱਕ ਸਾਈਜ਼ ਦੇ ਜਾਂਦੇ ਆ। ਇੱਕ ਵਾਈਟ ਲਿਆ, ਦੋ ਆਫ ਵਾਈਟ ਨੇ ਔਰ ਦੋ ਹੈ ਨੀਲੇ ਨੇ, ਠੀਕ ਹੈ? ਬਿਹਤਰੀਨ, ਚਲੋ ਠੀਕ ਹੈ ਜੀ। ਇਹ ਕੋਈ ਤੇਰੇ ਬਾਈ ਦਾ, ਕੋਈ ਤੇਰੇ ਪਿਓ ਦਾ, ਕੋਈ ਮੇਰੇ ਪਿਓ ਦਾ, ਠੀਕ ਹੈ ਨਾ, ਕੋਈ ਇੱਕ ਜਾਫਿਰ ਦਾ ਅਤੇ ਕੋਈ ਸਾਡੂਆਂ ਦਾ ਇੱਕ ਦੋ, ਠੀਕ ਹੈ ਨਾ, ਕਿਉਂਕਿ ਇੱਕ ਸੂਟ ਸਾਡੇ ਕੋਲ ਪਿਆ ਅਤੇ 5-6 ਹੋ ਜਾਣੇ। ਕੁੰਜ ਲਓ ਜੀ, ਅਨਬੋਕਸਿੰਗ ਵੀ ਹੋ ਗਈ ਆ ਅਤੇ ਹੁਣ ਇਹਨੂੰ ਕੁੰਜ ਵੀ ਲੈਂਦੇ ਹਾਂ। ਇਹ ਹੁਣ ਤੂੰ ਸਹੀ ਕਰਕੇ ਆਪੋ ਆਪ ਪਾ ਹੀ ਦੇਵੀ, ਇਹ ਉਹਨਾਂ ਵੇ ਕੇ ਮਿਕਸ ਨਾ ਕਰ ਦੇਵੀ, ਕਿਸੇ ਦਾ ਦੁਪੱਟਾ ਕਿਧਰੇ ਅਤੇ ਕਿਸੇ ਦਾ ਕਿਧਰੇ, ਫਿਰ ਬੜੀ ਪਰੇਸ਼ਾਨੀ ਹੁੰਦੀ। ਤਿੰਨ ਜਿਹੜੇ ਹੈਗੇ, ਤਿੰਨ ਹੀ ਸੂਟ ਜਿਹੜੇ ਹੈਗੇ ਨਾ ਮੈਂ ਲੈਣੇ, ਬਲਕਿ 4 ਸੂਟ ਮੈਂ ਲੈਣੇ, 2 ਉਧਰੋਂ ਲਏ ਸੀ ਨਵੇਂ, 2 ਇਧਰੋਂ, 2 ਅਤੇ 2 4 ਸੂਟ ਮੈਂ ਲੈਣ ਜੀ। ਔਰ ਬੇਗਮ ਸਾਹਿਬਾਂ ਨੂੰ ਕਿਹਾ ਕਿ 3 ਸੂਟ ਜਿਹੜਾ ਨਾ ਤੂੰ ਇੱਕ ਇੱਥੋਂ ਰੱਖ ਲਵੇਗੀ ਔਰ 2 ਜਿਹੜਾ ਨਾ ਇਹਨੂੰ ਵੀ ਹੋਰ ਲੈ ਕੇ ਦੇਵਾਂਗਾ ਇਨਸ਼ਾਅੱਲਾ। ਜਾ ਰਿਹਾ ਸੀ ਬੇਗਮ ਸਾਹਿਬ, ਫਿਰ ਬੁਲਾ ਰਹੀ ਹੈ, ਕਹਿ ਰਹੀ ਕਿ ਮੈਨੂੰ ਜਿਹੜਾ ਨਾ ਦੱਸ ਦੇ ਕਿ ਕਿਹੜੇ ਕਿਹੜੇ ਸੂਟ ਕਿਹਨੂੰ ਕਿਹਨੂੰ ਦੇਵਾਂ। ਇਹ ਤੂੰ ਨਾ ਜਿਹਨੂੰ ਦਿਲ ਕਰੇ, ਜਿਹੜੇ ਸੂਟ ਜਿਹਨੂੰ ਦਿਲ ਕਰੇ ਦੇ, ਮੇਰੇ ਕੋਲ ਨਹੀਂ ਪੁੱਛਣਾ, ਠੀਕ ਹੈ ਨਾ, ਚਾਹੇ ਉਹ ਸਿਸਟਰ ਨੂੰ ਦੇ ਜਿਹਨੂੰ ਤੇਰਾ ਦਿਲ ਕਰਦਾ ਦੇ, ਠੀਕ ਹੈ? ਇਹ ਚੁਆਇਸ ਤੋਂ ਮੈਂ ਨਹੀਂ ਕਰਨੀ ਕਿ ਇਹ ਮੈਂ ਤੇਰੀ ਸਿਸਟਰ ਨੂੰ ਦੇਵਾਂ ਕਿ ਮੈਂ ਆਪਦੀ ਸਿਸਟਰ ਨੂੰ ਦੇਵਾਂ, ਇਹ ਮੈਂ ਕਿਹਨੂੰ ਦੇਵਾਂ ਕਿ ਆਖਿਆ, ਇਹ ਮੇਰੇ ਕੋਲ ਨਹੀਂ ਪੁੱਛਣਾ। ਤੂੰ ਇਹ ਆਪਣਾ ਸਵਾਣੀਆਂ ਦੇ ਹਿਸਾਬ ਨਾਲ ਚੱਲੋ ਤੁਸੀਂ, ਠੀਕ ਹੈ ਨਾ, ਇਹ ਕਿਉਂਕਿ ਸਵਾਣੀਆਂ ਦਾ ਲੈਣ ਦੇਣ ਹੁੰਦਾ ਜਿਹੜਾ ਹੈਗਾ ਨਾ, ਮੈਂ ਇਹਦੇ ਵਿੱਚ ਨਹੀਂ ਆਉਣਾ ਚਾਹੁੰਦਾ, ਠੀਕ ਹੈ ਨਾ। ਈਦ ਦੇ 3 ਦਿਨ ਹੁੰਦੇ ਨੇ ਜੀ ਅਤੇ ਬੇਗਮ ਸਾਹਿਬਾਂ 3 ਦਿਨ ਈਦ ਦੇ ਅਲੱਗ ਅਲੱਗ ਜਿਹੜਾ ਕੱਪੜੇ ਪਾ ਗਏ, ਇਸੇ ਕਰਕੇ ਮੈਂ 3 ਸੂਟ ਕਹਿ ਰਿਹਾ। ਬਾਕੀ ਵਲਾਗ ਕਰਦੇ ਹਾਂ ਜੀ ਇੱਥੇ ਖਤਮ, ਇਨਸ਼ਾਅੱਲਾ ਜੀ ਕੱਲ੍ਹ ਮੁਲਾਕਾਤ ਹੋਵੇਗੀ। ਖੁਦਾ ਹਾਫਿਜ਼, ਅੱਲਾ ਨਿਗਹਿਬਾਨ। ਔਰ ਮੇਰੇ ਸੂਟ ਜਿਹੜੇ ਨਾ ਸਿਲਾਈ ਹੋਏ ਪਏ ਨੇ, ਮੈਂ ਅੱਗੇ ਸ਼ਹਿਰ ਹੀ ਜਾਣਾ ਅਤੇ ਉਦੋਂ ਜਿਹੜਾ ਵਾਪਸ ਆਉਣ ਲੱਗਿਆ ਲੈ ਆਵਾਂਗਾ ਇਨਸ਼ਾਅੱਲਾ, ਸੁਬਹ ਤੁਹਾਨੂੰ ਵਿਖਾਵਾਂਗਾ। ਖੁਦਾ ਹਾਫਿਜ਼।